ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਚੈਨਲ ਜੀ ਰਾਮ ਸਿੱਧੂ ਉੱਤੇ। ਅਤੇ ਖੇਤ ਆ ਰਹੇ ਸੀਗੇ ਜੀ, ਅਤੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂਗੇ, ਕੁਛ ਕੰਮ ਸੀ, ਆ ਜਾਓ ਜੀ ਚੱਲੀਏ, ਅਤੇ ਬਾਕੀ ਗੱਲਾਂ ਆਪਾਂ ਖੇਤ 'ਤੇ ਆ ਕੇ ਕਰਦੇ ਹਾਂਗੇ। ਵੱਟ ਵੱਟ ਜਾ ਰਹੇ ਜੀ, ਉੱਥੇ ਆਪਣੀ ਮੋਟਰ ਹੈਗੀ, ਕਣਕਾਂ ਪੱਕੀਆਂ ਪਈਆਂ ਨੇ ਜੀ। ਆ ਅਤੇ ਆਪਾਂ ਪਹੁੰਚ ਗਏ ਖੇਤ ਜੀ, ਅਤੇ ਹੁਣ ਇੱਥੇ ਲੋਕਾਂ ਨੇ ਤਾਂ ਆਪਣੀ ਤਿਜੋਰੀਆਂ ਦੀਆਂ ਚਾਬੀਆਂ ਲੁਕੋਈਆਂ ਹੁੰਦੀਆਂ ਨੇ, ਅਤੇ ਜੱਟਾਂ ਦਾ ਤਿਜੋਰੀ ਇਹ ਖੇਤ ਵਾਲਾ ਕੋਠਾ ਹੁੰਦਾ, ਇਹਦੀ ਚਾਬੀ ਇੱਥੇ ਲੁਕੋਈ ਹੁੰਦੀ ਆ, ਕਿਤੇ ਇੱਥੇ ਕੱਪੜੇ ਥੱਲੇ ਜਾਂ ਇੱਟ ਥੱਲੀ ਲੁਕੋਈ ਹੁੰਦੀ ਆ, ਇਹ ਜੱਟਾਂ ਦੀ ਚਾਬੀ ਆ ਜੀ। ਆ ਇੱਟ ਥੱਲੇ ਪਈ ਹੈ ਜੀ ਚਾਬੀ ਇੱਥੇ, ਅਤੇ ਦੇ ਹੁਣ ਇੱਥੇ ਤੁਹਾਨੂੰ ਅੱਗੇ ਗੱਲਾਂ ਕਰਦੇ ਹਾਂ ਜੀ। ਅਤੇ ਜੀ ਹੁਣ ਆਪਣੇ ਇਹ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ, ਅਤੇ ਇਹੀ ਚੈਨਲ 'ਤੇ ਆਪਣੇ ਹੁਣ ਕੰਟੀਨਿਊ ਬਲੌਗ ਆਉਣਗੇ ਰੈਗੂਲਰ ਜੀ, ਅਤੇ ਹੁਣ ਆਪਾਂ ਕੋਈ ਵੀ ਮਿਸ ਨਹੀਂ ਕਰਨਾ ਹੈਗਾ, ਕੈਮਰਾ ਆਪਾਂ ਨੇ ਲਿਆਂਦਾ ਜੀ। ਅਤੇ ਹੁਣ ਮੈਂ ਵੀਡੀਓ 4K 'ਤੇ ਸ਼ੂਟ ਕਰ ਰਿਹਾ ਹੈਗਾ, ਜੇ ਤੁਸੀਂ ਚੈੱਕ ਕਰ ਸਕਦੇ ਹੋਗੇ, ਅਤੇ ਸ਼ਾਇਦ ਇਹ ਵੀਡੀਓ 4K 'ਤੇ ਵੀ ਚੱਲੇ ਯੂਟਿਊਬ 'ਤੇ, ਅਤੇ ਦੇਖੋ। ਅਤੇ ਜੀ ਹੁਣ ਕਣਕਾਂ ਦਾ ਦੇਖੋ ਪੱਕ ਚੁੱਕੀਆਂ ਨੇ, ਹੁਣ ਵੱਢਣ ਦੀ ਤਿਆਰੀ ਆ ਜੀ, ਇਹਨਾਂ ਨੂੰ ਵਾਢੀ ਸ਼ੁਰੂ ਹੋਣ ਵਾਲੀ ਹੈਗੀ। ਅਤੇ ਹੁਣ ਮੈਂ ਤਾਂ ਅੱਜ ਇੱਥੇ ਖੇਤ ਆਇਆ ਸੀਗਾ, ਟਰਾਂਸਫਾਰਮ ਥੱਲੋਂ ਸਫਾਈ ਕਰਨ ਆਇਆ ਸੀਗਾ, ਅਤੇ ਉੱਥੇ ਕਈ ਵਾਰ ਕਿ ਕੋਈ ਚਿੰਗਾਰੀ ਡਿੱਗ ਜਾਂਦੀ ਹੁੰਦੀ ਹੈਗੀ, ਅਤੇ ਕਈ ਵਾਰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈਗਾ, ਇਸ ਕੰਮ ਮੈਂ ਕਿ ਕਰ ਦਿੰਦੇ ਹਾਂ ਕਿ ਸਾਫ, ਕਿ ਸਾਡੇ ਪਿੰਡ ਅਲਾਊਸਮੈਂਟਾਂ ਵੀ ਕੀਤੀ ਜਾ ਰਹੀਆਂ ਨੇ ਵਾਰ ਵਾਰ, ਅਤੇ ਜ਼ਰੂਰਤ ਪੈਣਤੀ ਇਹਦੀ ਟਰਾਂਸਫਾਰਮ ਦੀ ਸੁੱਚ ਲਾਓ ਹੀ ਨਹੀਂ, ਇਹਦੇ ਕੱਟ ਕੇ ਰੱਖੋ। ਅਤੇ ਮੈਂ ਕਰਦਾ ਸਫਾਈ, ਇਹ ਦੋ ਚਾਰ ਪੰਜ ਸਾਲ ਹੋ ਗਈ ਪਹਿਲਾਂ, ਉਦੋਂ ਸਾਡੇ ਪਿੰਡ ਕਾਫੀ ਨੁਕਸਾਨ ਹੋ ਗਿਆ ਸੀਗਾ, ਸਾਡੇ ਖੇਤਾਂ ਤੋਂ ਇੱਧਰਲੇ ਪਾਸੇ ਅੱਗੇ ਅੱਗ ਲੱਗ ਗਈ ਸੀਗੀ ਕਣਕ ਨੂੰ, ਅਤੇ ਕਾਫੀ ਕਿੱਲਿਆਂ ਦਾ ਨੁਕਸਾਨ ਹੋ ਗਿਆ ਸੀ। ਉਦੋਂ ਬਾਅਦ ਸਾਡੇ ਪਿੰਡ ਦੇ ਲੋਕ ਕੀ ਅਵੇਅਰ ਵੀ ਵਧੀਆ ਹੋ ਗਏ, ਕਿ ਹੁਣ ਇਹ ਗੱਲਾਂ ਦਾ ਪੂਰਾ ਧਿਆਨ ਰੱਖਦੇ ਨੇਗੇ। ਅਤੇ ਜੀ ਮੈਂ ਚਲੋ ਕਰਦਾ ਸਫਾਈ ਜੀ, ਅਤੇ ਸਫਾਈ ਕਰਤੀ ਸੀ ਸਾਰੀ ਟਰਾਂਸਫਾਰਮ ਥੱਲੋਂ, ਅਤੇ ਉਹ ਜਿਹੜੀ ਦੇਖ ਰਹੇ ਹੋਗੇ ਉਹ ਵੀ ਮੇਰੇ ਤਾਏ ਕੀ ਮੋਟਰ ਆ ਗਈ, ਅਤੇ ਉਹ ਉੱਥੇ ਅੱਗੇ 'ਚ ਦਿਖ ਨਹੀਂ ਰਿਹਾ ਹੁਣ ਤੁਹਾਨੂੰ, ਉਹ ਦੂਰ, ਉਹ ਵੀ ਮੇਰੇ ਤਾਏ ਵੱਡੇ ਤਾਏ ਦੀਆਂ ਮੋਟਰਾਂ ਨੇ ਜੀ ਦੋਨੇ ਇਹ। ਅਤੇ ਬਾਬਾ ਹੁਣ ਆਪਣਾ ਇਹ ਕੋਠਾ ਹੈਗਾ ਜਿਹੜਾ, ਇਹ ਥੋੜ੍ਹਾ ਜਿਹਾ ਪੁਰਾਣਾ ਜਿਹਾ ਹੋ ਰਿਹਾ ਹੈਗਾ, ਕਿ ਥੋੜ੍ਹਾ ਡਿੱਗੂ ਡਿੱਗੂ ਜਿਹਾ ਕਰਦਾ ਹੈਗਾ, ਅਤੇ ਹੁਣ ਇਹਨੂੰ ਵਧੀਆ ਆਪਾਂ ਨੇ ਮੋਡੀਫਾਈ ਕਰ ਦੇਣਾ ਹੈਗਾ, ਇਹਨੂੰ ਢਾਹ ਕੇ ਉੱਤੇ ਚਵਾਰਾ ਚਬੂਰਾ ਪਾ ਦੇਣਾ ਹੈਗਾ ਵਧੀਆ, ਇੱਥੇ ਵਧੀਆ ਐਂ ਕਿ ਘਾਹ ਘੂ ਲਾ ਕੇ ਹੈ ਨਾ ਪੂਰਾ ਮੋਡੀਫਾਈ ਬਣਾ ਦੇਣਾ ਆਪਣੇ ਇੱਥੇ। ਅਤੇ ਆਪਾਂ ਆਪਣਾ ਪਹਿਲਾ ਬਲੌਗ ਹੈਗਾ, ਅਤੇ ਥੋੜ੍ਹਾ ਮੈਂ ਨਰਵਸ ਹੋ ਰਿਹਾ ਹੈਗਾ, ਅਤੇ ਕਿ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕੀ ਬੋਲਾਂ ਕੀ ਕਰਾਂ, ਅਤੇ ਆਪਾਂ ਹੌਲੀ ਹੌਲੀ ਵਧੀਆ ਬਣਾਵਾਂਗੇ, ਸਾਰਾ ਕੁਛ ਹੋਰ ਸੁਧਾਰਾਂਗੇ ਇਹਨੂੰ, ਅਤੇ ਆਪਣਾ ਹੁਣ ਨਵਾਂ ਸੈਟਅਪ ਆ, ਨਵਾਂ ਕੈਮਰਾ, ਨਵਾਂ ਕੀ ਸਾਰਾ ਕੁਛ, ਨਵਾਂ ਆਪਣਾ ਚੈਨਲ ਹੈਗਾ। ਪਹਿਲਾਂ ਮੈਂ ਦੋ ਕੁ ਬਲੌਗ ਬਣਾਏ ਨੇ, ਕਿ ਇੰਨੀ ਮੈਨੂੰ ਹਜੇ ਐਕਸਪੀਰੀਅੰਸ ਨਹੀਂ ਹੈਗਾ ਬਲੌਗ ਦਾ, ਬਸ ਤੁਹਾਡੇ ਸਿਰ 'ਤੇ ਹੈਗਾ ਯਾਰ, ਕਿ ਜਿੰਨੀ ਤੁਸੀਂ ਸਪੋਰਟ ਕਰੋਗੇ ਆਪਾਂ ਉਹਨੇ ਅੱਗੇ ਵਧਾਂਗੇ, ਅਤੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਆਪਾਂ ਸੁਧਾਰਾਂਗੇ ਅੱਗੇ, ਅਤੇ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ। ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਸ ਪੂਰੀ ਫੁੱਲ ਸਪੋਰਟ ਰੱਖਿਓ ਆਪਾਂ ਨੂੰ, ਅਤੇ ਮੇਰਾ ਪਹਿਲਾ ਬਲੌਗ ਕੀ ਇਹ, ਮੈਂ ਇੰਟਰੋ ਜੀ ਆ ਕਿ ਬਸ ਹੁਣ ਕਰਤਾ ਆਪਾਂ ਨੇ ਸ਼ੁਰੂ ਕੰਮ, ਹੁਣ ਆਪਾਂ ਨੇ ਰੁਕਣਾ ਨਹੀਂ ਹੈਗਾ, ਆਪਣਾ ਕੰਟੀਨਿਊ ਬਸ ਬਲੌਗ 'ਤੇ ਬਲੌਗ, ਬਲੌਗ 'ਤੇ ਬਲੌਗ ਆਈ ਜਾਣਗੇ, ਬਸ ਖਿੱਚੀ ਰੱਖਿਓ ਕੰਮ, ਤੁਹਾਡੇ ਕਣੀ ਨਹੀਂ ਕੋਈ ਕਮੀ ਹੋਣੀ ਚਾਹੀਦੀ, ਵੀਰ ਬਣੇ ਬਸ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈ ਇਹ, ਬਸ ਹੁਣ ਤੁਹਾਨੂੰ ਕੀ ਹੈ ਪੂਰੇ ਐਂ ਇੱਕ ਨੰਬਰ ਦੇ ਪੂਰੇ ਵਧੀਆ ਬਲੌਗ ਦਿਖਾਇਆ ਕਰਾਂਗੇ। ਇਹ 'ਚ ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਮਾਫ਼ ਕਰ ਦਿਓ, ਕਿਉਂ ਆਪਣਾ ਪਹਿਲਾ ਬਲੌਗ ਆ, ਮੈਂ ਤੁਹਾਨੂੰ ਫੇਰ ਦੱਸ ਰਿਹਾ ਹੈਗਾ ਕਿ ਥੋੜ੍ਹਾ ਮੈਂ ਨਰਵਸ ਜਾ ਕੇ ਮੈਂ ਕੀ ਬੋਲਾਂ, ਕੀ ਮੈਨੂੰ ਕੁਛ ਸਮਝ ਹੀ ਨਹੀਂ ਆ ਰਿਹਾ ਹੈਗਾ। ਅਤੇ ਚਲੋ ਘਰ ਚੱਲਦੇ ਹਾਂਗੇ, ਹੁਣ ਇੱਥੋਂ ਆਪਾਂ ਨੇ ਸਾਰਾ ਕੰਮ ਨਿਬੇੜਤਾ ਅੱਜ ਦਾ, ਅਤੇ ਚਲੋ ਠੀਕ ਹੈ ਜੀ, ਅੱਗੇ ਮਿਲਦੇ ਹਾਂ ਅਗਲੇ ਬਲੌਗ 'ਚ। ਇਹ ਬਾਬੇ 4K ਤੋਂ ਵੀ ਅਸੀਂ ਉਤਲੀ ਕੁਆਲਿਟੀ ਦੇਖ ਰਹੇ ਹਾਂਗੇ, ਚੈੱਕ ਕਰਕੇ ਦੇਖੋ ਕਿ ਕਿੰਨਾ ਨਜ਼ਾਰਾ, ਦੇਖੋ ਸਾਰਾ ਸੀਨ ਦੇਖੋ ਕਿੰਨਾ।